ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਣਾ ਆਪਣਾ ਮਨ ਜੋੜਨਾ ਕਰੋ ਧੰਨ 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 ਸਾਹਿਬ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮਨ ਦੀਆਂ ਖੇਡਾਂ ਹਨ, ਸਾਰੀਆਂ ਖੇਡਾਂ ਬੰਦਾ ਖੇਡ ਜਾਂਦਾ ਹੈ ਦੁਨੀਆਂ ਤੇ, ਪਰ ਇੱਕ ਗੁਰੂ ਵਾਲੀ ਖੇਡ ਖੇਡਣ ਤੋਂ ਖਾਲੀ ਚਲਾ ਜਾਂਦਾ ਹੈ, ਸੇਵਾ ਤੋਂ, ਸਿਮਰਨ ਤੋਂ, ਗੁਰਬਾਣੀ ਸੁਣਨ ਤੋਂ। ਉਂਜ ਹੀ ਸਾਰੀ ਜ਼ਿੰਦਗੀ ਨਗਾ ਕੇ ਬਤੀਤ ਕਰਕੇ ਇਹ ਮਨ ਚੱਲਦਾ ਬਣਦਾ ਹੈ, ਇਸ ਸਰੀਰ ਨੂੰ, ਇਸ ਦੇਹ ਨੂੰ, ਇਸ ਕਾਇਆ ਨੂੰ ਇਸ ਦੁਨੀਆਂ ਤੇ ਹੀ ਛੱਡ ਕੇ ਚਲਾ ਜਾਂਦਾ ਹੈ। ਪਿਆਰਿਓ, ਮਨ ਨੂੰ ਜੋੜਨਾ ਬੜਾ ਜ਼ਰੂਰੀ ਹੈ। ਇਹ ਮਨ ਦੁਨੀਆਂ ਦੇ ਵਿੱਚ ਆ ਕੇ ਪਾਰ ਬ੍ਰਹਮ ਜੀ ਨੂੰ, ਅਕਾਲ ਪੁਰਖ ਜੀ ਨੂੰ, ਸਤਨਾਮ ਜੀ ਨੂੰ, ਵਾਹਿਗੁਰੂ ਜੀ ਨੂੰ ਭੁੱਲ ਗਿਆ ਹੈ। ਦੁਨੀਆਂ ਦੇ ਨਾਲ ਹੀ ਚੰਬੜਿਆ ਪਿਆ ਹੈ, ਇੰਨਾ ਚੰਬੜਿਆ ਪਿਆ ਹੈ, ਦੁਨੀਆਂ ਨੇ ਇਸ ਦੀ ਦੇਹ ਨੂੰ ਵੀ ਇੱਥੇ ਹੀ ਜਾਲ ਬਾਲ ਦੇਣਾ ਹੈ। ਮਨ ਸਮਝਦਾ ਨਹੀਂ, ਗੁਰੂ ਸਾਹਿਬ ਹੁਕਮ ਕਰਦੇ ਹਨ, ਮਨ ਰੇ ਸਮਝ ਕਮਨ ਮਤ ਲਾਗਾ, ਕਿਹੜੀਆਂ ਮਤਾਂ ਪਿੱਛੇ ਲਗਾ ਫਿਰਦਾ ਹੈ, ਗੁਰੂ ਦੀ ਗੱਲ ਨੂੰ ਸੁਣ ਲੈ, ਦੂਰ ਨਾ ਜਾਵਾਂ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚੋਂ 31ਵੀਂ ਅਧਿਆਏ ਦੇ ਵਿੱਚੋਂ ਗੁਰੂ ਪਿਆਰੇ ਉਹ ਆਪ ਜੀ ਨੇ ਸਰਵਣ ਕੀਤਾ ਸੀ, ਕਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੌ ਸੁਹਾਗਣ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ, ਕਿਵੇਂ ਕਿਵੇਂ ਸਤਿਗੁਰੂ ਜੀ ਉੱਥੇ ਗਏ, ਕਿਵੇਂ ਕਿਵੇਂ ਉੱਥੋਂ ਚੱਲ ਪਏ। ਅੱਜ ਉਤਰਾਰਧ ਅਧਿਆਏ 31ਵਾਂ ਹੈ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਹੈ। ਭਾਈ ਬਾਲਾ ਜੀ, ਜਿਵੇਂ ਜਿਵੇਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦੱਸ ਰਹੇ ਹਨ, ਕਿਉਂਕਿ ਨਾਲ ਰਹੇ ਹਨ ਵੱਡੇ ਬਾਬਾ ਜੀ ਦੇ ਸਾਰੇ ਚੋਜ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਨਾਲ ਰਹਿ ਕੇ ਭਾਈ ਬਾਲਾ ਜੀ ਦੇਖਦੇ ਰਹੇ ਹਨ, ਤੱਕਦੇ ਰਹੇ ਹਨ, ਕੰਨਾਂ ਨਾਲ ਸੁਣਦੇ ਰਹੇ ਹਨ, ਨੇਤਰਾਂ ਨਾਲ ਦੇਖਦੇ ਰਹੇ ਹਨ। ਧੰਨ ਗੁਰੂ ਅੰਗਦ ਦੇਵ ਜੀ ਨੇ ਆਖਿਆ ਸੀ, ਭਾਈ ਬਾਲਾ ਤੂੰ ਸਤਿਗੁਰਾਂ ਦੇ ਨਾਲ ਰਿਹਾ ਹੈ, ਕਿੱਥੇ ਕਿੱਥੇ ਸਤਿਗੁਰੂ ਜੀ ਗਏ ਹਨ, ਕੀ ਚੋਜ ਵਰਤਾਏ ਹਨ, ਸਾਨੂੰ ਦੱਸਣੇ ਕਰ। ਸੋ ਭਾਈ ਬਾਲਾ ਜੀ ਦੱਸ ਰਹੇ ਹਨ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸਰਵਣ ਕਰ ਰਹੇ ਹਨ। ਅੱਜ ਸੰਗਤਾਂ ਕੋਈ ਉਹ ਚੋਜ ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ, ਜੋ ਪੰਥ ਪ੍ਰਵਾਨ ਹਨ, ਉਹਨਾਂ ਨੇ ਉਹ ਸਾਰੇ ਕੌਤਕ ਜੋ ਹਨ, ਜਿੱਥੇ ਜਿੱਥੇ ਵੀ ਦੁਨੀਆਂ ਦਾ ਭਲਾ ਕੀਤਾ ਹੈ, ਉਹ ਸਾਰੇ ਕਲਮ ਬੰਦ ਕੀਤੇ ਹਨ, ਨਾਮ ਰੱਖਿਆ ਹੈ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੇ ਸਮੇਂ ਵਿੱਚ ਜਿਹੜੇ ਜਿਹੜੇ ਵੀ ਗੁਰਸਿੱਖ ਸੁਣਨਗੇ, ਉਹਨਾਂ ਨੂੰ ਬੜਾ ਗਿਆਨ ਹੋਵੇਗਾ। ਜਦੋਂ ਸੌ ਸੁਹਾਗਣ ਦਾ ਭਾਂਡਾ ਭੱਜ ਗਿਆ, ਉਥੋਂ ਸਿੱਖਿਆ ਮਿਲਦੀ ਹੈ, ਕਦੀ ਵੀ ਦੰਭੀ ਨਹੀਂ ਬਣਨਾ, ਪਖੰਡੀ ਨਹੀਂ ਬਣਨਾ, ਨਹੀਂ ਤਾਂ ਬੜੀ ਮਾਰ ਪੈਂਦੀ ਹੈ। ਚੱਲ ਪਏ ਸਤਿਗੁਰੂ ਜੀ, ਅੰਗ ਹੈ 380। ਜਦੋਂ ਜਾ ਕੇ ਟਿਕਾਣਾ ਹੋਰ ਜਗ੍ਹਾ ਤੇ ਕੀਤਾ,
ਭਾਈ ਵਾਲਾ ਜੀ ਮਰਦਾਨਾ ਜੀ ਇੱਕ ਨਗਰ ਵਿੱਚ ਵਹਿਰ ਨਗਰ ਤੇ ਆਸ਼ਰਮ ਲਾਈ। ਉਸ ਨਗਰ ਤੋਂ ਜਿਸ ਨਗਰ ਵਿੱਚ ਗਏ ਬਾਹਰ ਜਾ ਕੇ ਆਸਣ ਲਾ ਲਿਆ। ਬੈਠ ਗਏ ਪੁੰਨ ਨਿਸਹਵੇ ਆਈ, ਉੱਥੇ ਬੈਠ ਗਏ। ਰਾਤ ਪੈ ਗਈ, ਨਿਸ ਆ ਗਈ। ਰਾਤ ਬਤੀਤ ਕੀਤੀ ਅਕਾਲ ਪੁਰਖ ਜੀ ਦੀ ਯਾਦ ਦੇ ਵਿੱਚ। ਬੜੀ ਭੋਰ ਤੇ ਕਰੇ ਸ਼ਨਾਨਾ, ਤੜਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ। ਪਨੈ ਗਿਰਾ ਉੱਚੀ ਧੁਨ ਕਾ ਨਾਮ, ਉੱਚੀ ਧੁਨ ਵਿੱਚ ਅਕਾਲ ਪੁਰਖ ਜੀ ਸਤਨਾਮ ਜੀ ਦਾ ਜਾਪ ਹੋਣ ਲੱਗਾ। ਤਬ ਇੱਕ ਸਿੰਧੀ ਤਿਹ ਥਲ ਆਇਓ, ਜਿੱਥੇ ਸਤਿਗੁਰੂ ਜੀ ਬੈਠੇ ਸਨ ਉੱਥੇ ਇੱਕ ਸਿੰਧੀ ਆਇਆ। ਸੁਣਨ ਹੇਤ ਠਹਿਰਿਓ ਹਿਤ ਲਾਇਓ, ਬਚਨ ਸੁਣਨ ਵਾਸਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਉਹਨੇ ਮਨ ਵਿੱਚ ਬੜਾ ਪ੍ਰੇਮ ਕੀਤਾ, ਠਹਿਰ ਗਿਆ, ਰੁਕ ਗਿਆ, ਖਲੋ ਗਿਆ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲੱਗਾ। ਬਚਨ ਸੁਨਤ ਸਮਝਤ ਭਲ ਰੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਰਿਹਾ ਹੈ, ਭਲੀ ਰੀਤੀ ਨਾਲ ਸਮਝ ਰਿਹਾ ਹੈ ਕਿ ਜਿਹੜੇ ਬਚਨ ਸਤਿਗੁਰੂ ਜੀ ਕਰ ਰਹੇ ਹਨ, ਇਹ ਜ਼ਿੰਦਗੀ ਤਾਂ ਥੋੜੇ ਦਿਨਾਂ ਦਾ ਮੇਲਾ ਹੈ, ਭਲਾ ਹੋ ਜਾਵੇਗਾ ਮਹਾਂਪੁਰਖਾਂ ਦੇ ਸਤਿਗੁਰਾਂ ਦੇ ਬਚਨ ਸੁਣ ਕੇ। ਰਹਿਓ ਠਾਂਡ ਹਵੈ ਔਰ ਧਰ ਪ੍ਰੀਤੀ, ਔਰ ਹਿਰਦੇ ਦੇ ਵਿੱਚ ਪ੍ਰੀਤ ਧਾਰਨ ਕਰਕੇ ਖਲੋਤਾ ਰਿਹਾ, ਸਤਿਗੁਰਾਂ ਦੇ ਦਰਸ਼ਨ ਕਰਦਾ ਰਿਹਾ। ਆਵਾਜ਼ ਆ ਰਹੀ ਸੀ ਸਤਿਗੁਰਾਂ ਦੀ, ਪਵਿੱਤਰ ਗੁਰਬਾਣੀ ਦੇ ਵਿੱਚੋਂ ਸਤਿਗੁਰੂ ਜੀ ਉਚਾਰਨ ਕਰ ਰਹੇ ਸਨ ਆਪਣੀ ਰਸਨਾ ਦੇ ਨਾਲ। ਗੁਰਮੁਖ ਨਾਦੰ ਗੁਰਮੁਖ ਵੇਦੰ, ਜਦੋਂ ਇਹ ਸ਼ਬਦ ਉਸ ਸਿੰਧੀ ਦੇ ਸਰਵਣਾਂ ਵਿੱਚ ਪਿਆ, ਕੰਨਾਂ ਵਿੱਚ ਪਿਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਇਆ, ਅੰਮ੍ਰਿਤ ਵੇਲਾ ਸੀ। ਗੁਰਮੁਖ ਨਾਦੰ ਗੁਰਮੁਖ ਵੇਦੰ, ਜਬ ਇਹੋ ਉਚਰਿਓ ਪ੍ਰਭੂ ਅਭੇਦੰ, ਜਦੋਂ ਪ੍ਰਭੂ ਜੀ ਨੇ ਵਾਹਿਗੁਰੂ ਜੀ ਦੇ ਸਰੂਪ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਨਾਰਾਇਣ ਕਲਾਕਾਰ, ਜਗ ਮੈਂ ਪਰਵਰਿਓ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਜਦੋਂ ਇਹ ਬਚਨ ਸੁਣ ਰਿਹਾ ਹੈ, ਗੁਰਮੁਖ ਨਾਦੰ ਗੁਰਮੁਖ ਵੇਦੰ, ਜਬ ਇਹ ਉਚਰਿਓ ਪ੍ਰਭੂ ਅਭੇਦੰ, ਜਦੋਂ ਸਤਿਗੁਰਾਂ ਨੇ ਉਚਾਰਨ ਕੀਤੇ ਇਹ ਸ਼ਬਦ, ਅਰਥ ਨ ਸਮਝ ਸਕਿਓ ਕਛ ਤਾਹੀ, ਰਹਿਓ ਵਿਚਾਰ ਬਹੁਤ ਮਨ ਮਾਹੀ। ਸਮਝ ਨਾ ਲੱਗੀ ਸਿੰਧੀ ਨੂੰ, ਭਾਵ ਨਾ ਸਮਝ ਸਕਿਆ ਉਹ ਸਿੰਧੀ, ਮਨ ਵਿੱਚ ਬੜੀ ਵਿਚਾਰ ਕਰਦਾ ਹੈ ਇਹਦਾ ਕੀ ਭਾਵ ਹੋਵੇਗਾ, ਕੀ ਮਤਲਬ ਹੋਵੇਗਾ, ਕੀ ਅਰਥ ਹੋਣਗੇ। ਉਹ ਕਿਸੇ ਪੀਰ ਕੋਲ ਵੀ ਜਾਂਦਾ ਸੀ। ਸੁਣ ਸਭ ਬਾਣੀ ਗਇਓ ਬਹੋਰੀ, ਉਹ ਗੁਰੂ ਸਾਹਿਬ ਜੀ ਦੇ ਮੁਖ ਤੋਂ ਇਹ ਜਿਹੜੇ ਸ਼ਬਦ ਸਨ ਗੁਰਮੁਖ ਨਾਦੰ ਗੁਰਮੁਖ ਵੇਦੰ ਸੁਣ ਕੇ ਉੱਥੇ ਚਲਾ ਗਿਆ ਜਿਸ ਪੀਰ ਕੋਲ ਵੀ ਜਾਇਆ ਕਰਦਾ ਸੀ। ਤਾਂ ਕੋ ਪੀਰ ਹੋਤੋ ਜਿਸ ਠੌਰੀ, ਜਿੱਥੇ ਉਹਦਾ ਪੀਰ ਰਹਿੰਦਾ ਸੀ ਸਿੰਧੀ ਦਾ,
ठौरी उथे चला गया उस थां ते। तिस पद को कर कंठ विचारत, धन गुरु नानक साहब जी दी रस्मां तो उचारण किते हुए शब्द गुरमुख नादं गुरमुख वेदं उसने कंठ कर लिया जबानी। संसै बिखै होत अर आरत, आके खड़ा हो गया अपने पीर दे कोल। पीर ने पुछया सिंधी नूं, श्री गुरु प्रताप सूरज ग्रंथ उत्तरार्ध अध्याय 31वां जिल्द दूजी, श्री गुरु प्रताप सूरज ग्रंथ है, अंग है 380 380 3 8 0। बोझत पीर बिलम क्यों लाई, पीर कहंदा है उस सिंधी नू इन्नी देर किथे लाया है। कौन मिलियो कह बैसा जाई, तेनु कौन मिल पिया सी किदे कुल बह गया सी बड़ा चिर लाया है। सिंधी पाखै तेह को तीर, सिंधी ने आखिया ऐ पीर जी देखियो हिंदू एक फकीर, मैं एक हिंदू मां पुरख नू तकिया है, तह की सुनत रहो मैं बानी, उना दे मुख तो बाणी उचारा कर रहे सन, मेरे कोलो हिलिया नहीं गया, मेरा मन उथे ही खलो गया। मेरे मन ने कह दिता है महापुरख जड़ी ए गुरु जी जड़ी बाणी पढ़ रहे हन ए मुक्ति देन वाली है, ए बंदे नो मुक्त कर देन वाली है, जीवन सफला कर देन वाली है। मैं कितने नहीं ठहरिया सतगुरां दे कोल, धन गुरु नानक साहब जी दे कोल ठहर गया हां। तह की सुनत रहो मैं बानी, उना दी बाणी सुनदा रहा हां। मुक्त देन हारी गुण खानी, जेड़ी अपनी रसना तो ओ बाणी बोलते सन, मेरे दिल ने कह दिता ए दे नाल बंदा मुक्त हो सकता है, जीवन सफला हो सकता है। एक पद को ना मायना आयो, एक शब्द जड़ा सी ना गुरमुख नादं गुरमुख वेदं, एदी मैनू समझ नहीं पई। भले विचारे ओ भेद न पायो, मैं आउंदे आउंदे बड़ा विचारिया है पर मैनू भेद नहीं मिलिया, एदा मतलब की है एदा भाव की है। आस कह पुन तुक दीन बताई, इंज कह के आस कह पुन तुक दीन बताई, पीर नू तुक दस दिती गुरमुख नादन गुरमुख वेदन। जदो पीर ने ए गुरबाणी सुनी, सुनत पीर ने गिरा लाई, ए सुन के पीर ने कहा उस सिंधी नू कि जिवें किवें भी होवे जेड़े इस गुरबाणी नू पढ़ रहे सन तो उन्हां नू मेरे कोल लैके आ, मैं दर्शन करने चाहुंदा हां। वाहे गुरु वाहे गुरु वाहे।
ਦਰਸ਼ਨ ਕਰਨੇ ਚਾਹੁੰਦਾ ਹਾਂ, ਮੇਰੇ ਵੱਲੋਂ ਹੱਥ ਜੋੜ ਕੇ ਜਾ ਕੇ ਕਹਿ ਚੱਲ ਕੇ ਦਰਸ਼ਨ ਦਿਓ। ਬਿਨੈ ਕਰਹੋ ਇੱਕ ਬਾਰ ਲਿਆਵੋ, ਬੇਨਤੀ ਕਰਕੇ ਇੱਕ ਵਾਰੀ ਜਰੂਰ ਉਹਨਾਂ ਨੂੰ ਲੈ ਕੇ ਆ। ਮੇਰਾ ਦਾਦਾ ਚਿੱਤ ਕਰਦਾ ਹੈ ਮੈਂ ਦਰਸ਼ਨ ਕਰਨੇ ਹਨ, ਜਿਨ੍ਹਾਂ ਨੇ ਇਹ ਸ਼ਬਦ ਕਹੇ ਹਨ ਗੁਰਮੁਖ ਨਾਦਨ ਗੁਰਮੁਖ ਵੇਦਨ। ਤਿਹਕੋ ਦਰਸ਼ਨ ਮੋਹੇ ਕਰਾਵੋ, ਐ ਭਾਈ ਸਿੰਧੀ ਮੈਨੂੰ ਉਹਨਾਂ ਦੇ ਦਰਸ਼ਨ ਕਰਾ। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਤਿਹਕੋ ਦਰਸ਼ਨ ਮੋਹੇ ਕਰਾਵੋ, ਜਾਓ ਜਾ ਕੇ ਹੱਥ ਜੋੜ ਕੇ ਲੈ ਆਓ ਮੈਨੂੰ ਦਰਸ਼ਨ ਕਰਾਓ ਉਹਨਾਂ ਦੇ। ਸੁਣ ਕੇ ਸਿੰਧੀ ਗਯੋ ਬਹੋਰੀ, ਆਪਣੇ ਪੀਰ ਕੋਲੋਂ ਸੁਣ ਕੇ ਬਚਨ ਸਿੰਧੀ ਬਹੋਰੀ ਦੁਬਾਰਾ ਗਿਆ, ਜਿੱਥੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਤੇ ਬਾਲਾ ਬੈਠੇ ਸਨ। ਨਮੋ ਕਰੀ ਪ੍ਰਭ ਕੋ ਕਰ ਜੋਰੀ, ਕਰ ਹੱਥਾਂ ਨੂੰ ਕਹਿੰਦੇ ਨੇ, ਦੋਵੇਂ ਹੱਥ ਜੋੜ ਕੇ ਨਮੋ ਕੀਤੀ, ਨਮਸਕਾਰ ਕੀਤੀ। ਨਮੋ ਕਰੀ ਪ੍ਰਭ ਕੋ ਕਰ ਜੋਰੀ, ਪ੍ਰਭ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ। ਠੰਡੋ ਭਇਓ ਦੀਨ ਮਨ ਹੋਇਓ, ਬੜਾ ਦੀਨ ਹੋ ਕੇ ਖਲੋ ਗਿਆ ਸਤਿਗੁਰਾਂ ਦੇ ਚਰਨਾਂ ਵਿੱਚ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ। ਇਸ ਪ੍ਰਕਾਰ ਕੋ ਵਚਨ ਬਗੋਇਓ, ਆਪਣੀ ਰਸਨਾ ਤੋਂ ਬਗੋਇਓ, ਇਹ ਵਚਨ ਆਖਿਆ, ਇਹ ਕਿਹਾ, ਕੀ ਕਿਹਾ। ਹੁਣ ਅੰਗ ਹੈ 381। ਮੈਂਡਾ ਪੀਰ ਸਦਨ ਦਾ ਤਾਕੋ, ਮੈਂਡਾ ਸਿੰਧੀ ਸੀ ਨਾ, ਸਿੰਧੀ ਬੋਲੀ ਹੈ। ਮੈਂਡਾ ਪੀਰ ਸਦਨ ਦਾ ਤੋਕੋ, ਸਤਿਗੁਰੂ ਜੀ ਮੈਂਡਾ ਪੀਰ ਜਿਹੜਾ ਹੈ ਤੂੰ ਸਾਨੂੰ ਸੱਦਦਾ ਹੈ, ਦਰਸ਼ਨ ਕਰਨੇ ਚਾਹੁੰਦਾ ਹੈ। ਮੈਂਡਾ ਪੀਰ ਸਦਨ ਦਾ ਤੋਕੋ, ਬਾਤ ਬੁਝਿੰਦਾ ਭੇਜਾ ਮੋਕੋ, ਉਹ ਆਪ ਜੀ ਪਾਸੋਂ ਕੁਝ ਪੁੱਛਣਾ ਚਾਹੁੰਦਾ ਹੈ, ਦਰਸ਼ਨ ਕਰਨਾ ਚਾਹੁੰਦਾ ਹੈ। ਵੱਤ ਖਿੰਨਣ ਮੈਂ ਆਇਓ ਤਾਈ ਸਿੰਧੀ, ਆਪਣੀ ਬੋਲੀ ਵਿੱਚ ਆਖਦਾ ਹੈ ਵੱਤ ਖਿੰਨਣ ਮੈਂ ਆਇਓ ਤਾਈ, ਆਪ ਨੂੰ ਖਿੰਨਣ ਵਾਸਤੇ ਲੈਣ ਵਾਸਤੇ ਮੈਂ ਆਇਆ ਹਾਂ, ਤਾਂ ਮੈਂ ਹੱਥ ਬੰਨ ਕੇ ਤੁਸਾਂ ਅੱਗੇ ਬੇਨਤੀ ਕਰ ਰਿਹਾ ਹਾਂ। ਜੁਲ ਦਰਵੇਸ਼ ਪੀਰ ਜਿਹੇ ਥਾਈ, ਜੁਲ ਜਾਣ ਨੂੰ ਕਹਿੰਦੇ ਹਨ ਸਿੰਧੀ ਬੋਲੀ ਦੇ ਵਿੱਚ, ਜਿੱਥੇ ਪੀਰ ਹੈ ਕਿਰਪਾ ਕਰੋ, ਕਿਰਪਾ ਕਰੋ ਪ੍ਰਭੂ, ਕਿਰਪਾ ਕਰੋ ਚੱਲ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ, ਜਿਸ ਥਾਂ ਮੇਰਾ ਪੀਰ ਰਹਿੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਨ ਵਾਸਤੇ ਬੜੇ ਚੋਜ ਕਰਿਆ ਕਰਦੇ ਸਨ, ਭਾਈ ਬਾਲਾ ਜੀ ਦੱਸ ਰਹੇ ਹਨ। ਖੰਡੂਰ ਸਾਹਿਬ ਜੀ ਦੇ ਵਿੱਚ ਸੰਗਤਾਂ ਨੂੰ ਤਾਰਨ ਵਾਲੇ ਦੁਨੀਆ ਦੀਆਂ ਸਾਰੀਆਂ ਰੂਹਾਂ ਨੂੰ
अकाल पुरख नाल जोड़न वाले तन तन गुरु अंगद देव महाराज जी सरवण कर रहे हैं, भाई बाला जी दस रहे हैं। सुन के गमन कीन तिन साथा, गमन जान नूं कहिंदे हन। सतगुरु जी ने साथ ही नाल ही चलना कीता, जाना कीता, चल पे पहुंचे तहां जाए जगनाथा। जगत दे नाथ, जगत दे स्वामी, जगत दे मालिक तन गुरु नानक साहिब जी उस थां पहुंच गए जिथे पीर रहिंदा सी। लई दस्त बोस सी उठ पीर, लई दस्त बोसी उठ पीर, दस्त हथां नूं कहिंदे हन। आ जड़े साडे दो हथ हन इनू दस्त कहिंदे हन, जिवें कह दईदा है इह कम मैं दस्ती कीता है। इन्हां हथां नूं दस्त कहिंदे हन। सिंधी दे विच लई दस्त बोसी उठ पीर, उस पीर ने उठ के सतगुरां दे हथां नूं चुम्मिया। लिहो सलामे लक फकीर, जिवें मुसलमान फकीर कहिंदे हन सलाम अलैकुम, लेहो सलामा लेके फकीर कहन लगे। ऐ दरवेश जी, ऐ धन गुरु नानक सच्चे पातशाह, दुनिया नूं तारन वाले हो तुसी, मेरी सलामा लेख लै लैण दी कृपालता करो। जिवें दुनिया दे विच कहिंदे हन, जवाब मिलदा है वालेकम सलाम। लई दस्त बोठ बोसी उठ पीर, दस्त बोसी हाथ हाथ चुम्मे। लई दस्त बोसी उठ पीर, दस्त बोसी चुम्मिया। उठ पीर, पीर ने उठ के हाथ चुम्मे। लिहो सलामा लेख फकीर, मेरी सलाम नूं प्रवान करो। गुरबाणी विच सलाम शब्द आ जांदा है, सलाम जवाब दो वे करे मुड्डों कुत्ता जाए। सलाम भी करे ते जवाब सवाल भी करे, महाराज कहंदे हन परवाह नहीं। बड़ी वारी शब्द गुरबाणी विच आ जांदा है, श्रद्धा दा कीता होया सलाम, मन नूं नीवा करके कीता होया सलाम। गुरबाणी मन लैंदी है ते जे कोई जबरदस्ती कवे के सलाम करो, गुरबाणी नहीं मनदी। जिवें साहिबजादियां ने नहीं कीता। लई दस्त बोसी उठ पीर, लेहो सलामा लेख फकीर, मेरी सलाम नूं प्रवान करो। ओ पीर कह रहा है धन गुरु नानक साहिब जी ने, उन्हें कहा है पीर ने, सादर सो मिलके दिस दो, आदर नाल सत्कार नाल धन गुरु नानक साहिब जी बैठ गए, पीर भी बैठ गया। बैठे बहुर हृदय हो तो प्रेम नाल बैठ गया। निज संसा खोवन के कारण करे पीर ने बचने उचारण, करे पीर ने बचने उचारण। मन दा संसार निवृत करन वास्ते पीर ने कुछ बचन कीते, दुनिया दे मालिक धन गुरु नानक साहिब जी दे नाल।
ਸਾਚ ਚਵੋ ਤੁਮ ਬੜਾ ਖੁਦਾਈ। ਖੁਦਾ ਦੇ ਵਾਸਤੇ ਖੁਦਾ ਦੇ ਬਚਨ ਮੈਨੂੰ ਕੁਝ ਦੱਸੋ। ਪੀਰ ਆਖ ਰਿਹਾ ਹੈ ਧੰਨ 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 ਗੁਰੂ ਨਾਨਕ ਸਾਹਿਬ ਜੀ ਨੂੰ, ਮੈਨੂੰ ਖੁਦਾ ਬਾਰੇ ਕੁਝ ਦੱਸੋ। ਦਰਗਾਹ ਮੈਂ ਕਸ ਹਾਲ ਬਿਹਾਈ, ਦਰਗਾਹ ਦੇ ਵਿੱਚ ਕਿਵੇਂ ਕੀ ਹਾਲ ਬੀਤਦਾ ਹੈ ਜਦੋਂ ਇਸ ਸਰੀਰ ਨੂੰ ਇਸ ਦੇਹ ਨੂੰ ਕਬਰ ਵਿੱਚ ਦੱਬ ਦੇਈਦਾ ਹੈ, ਮਗਰੋਂ ਕਿਵੇਂ ਬੀਤਦੀ ਹੈ, ਕੀ ਹੁੰਦਾ ਹੈ? ਪੁੱਛ ਰਿਹਾ ਹੈ ਪੀਰ। ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਸਾਚ ਚਵੋ ਤੁਮ ਬੜਾ ਖੁਦਾਈ, ਤੁਸੀਂ ਆਪ ਖੁਦਾ ਦਾ ਰੂਪ ਹੈ ਮੈਨੂੰ ਪਤਾ ਹੈ। ਦਰਗਹਿ ਮੈਂ ਕਸ ਹਾਲ ਬਿਹਾਈ, ਦਰਗਾਹ ਦੇ ਵਿੱਚ ਕੀ ਹਾਲ ਹੁੰਦਾ ਹੈ? ਜਗਤ ਪ੍ਰਵਾਹੇ ਜਹਾਂ ਸਭ ਜਾਵੇ ਹੈ, ਜਿਵੇਂ ਪਾਣੀ ਸਾਰਾ ਰੁੜ ਜਾਂਦਾ ਹੈ, ਇਹ ਦੁਨੀਆ ਵੀ ਰੁੜ ਜਾਵੇਗੀ। ਜਿਵੇਂ ਦਰਿਆਵਾਂ ਦਾ ਪਾਣੀ ਰੁੜ ਜਾਂਦਾ ਹੈ, ਇਹ ਦੁਨੀਆ ਵੀ ਹੌਲੀ ਹੌਲੀ ਰੁੜ ਜਾਂਦੀ ਹੈ, ਮਰ ਜਾਂਦੀ ਹੈ, ਮੁੱਕ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਇਹ ਸਾਰੇ ਕਿੱਥੇ ਚਲੇ ਜਾਂਦੇ ਹਨ? ਜਿਵੇਂ ਕੱਲੇ ਕੱਲੇ ਰੁੜਦੇ ਹਨ, ਇਹ ਰੁੜ ਕੇ ਕਿੱਥੇ ਚਲੇ ਜਾਂਦੇ ਹਨ? ਨਹਿ ਸੇ ਥਿਰ ਹੋ ਮਨ ਪਾਵੇ ਹੈ, ਉਹ ਕਿਸੇ ਥਾਂ ਸਥਿਰ ਹੁੰਦੇ ਵੀ ਹਨ ਕਿ ਜੰਮਦੇ ਮਰਦੇ ਰਹਿੰਦੇ ਹਨ? ਸਤਿਗੁਰ ਭੰਨਿਓ ਪੀਰ ਸੁਣ ਲੀਜੈ, ਭੰਨਿਓ ਕਹਿਣ ਨੂੰ ਕਹਿੰਦੇ ਹਨ, ਸਤਿਗੁਰ ਭੰਨਿਓ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਪੀਰ ਸੁਣ ਲੀਜੈ, ਐ ਪੀਰ ਸੁਣੋ, ਨਿਸ਼ਚੈ ਯਹੀ ਹਿਰਦੈ ਦ੍ਰਿੜ ਕੀਜੈ। ਆਪਣੇ ਹਿਰਦੇ ਦੇ ਵਿੱਚ ਨਿਸ਼ਚਾ ਜਿਹੜਾ ਹੈ, ਉਸ ਖੁਦਾ ਦਾ ਨਾਮ ਦ੍ਰਿੜ ਕਰ ਲਓ, ਪੱਕਾ ਕਰ ਲਓ। ਨਿਸ਼ਚੈ ਯਹੀ, ਇਸ ਗੱਲ ਨੂੰ ਦ੍ਰਿੜ ਕਰ ਲਓ, ਪੱਕੀ ਕਰ ਲਓ। ਨਿਸ਼ਚੈ ਯਹੀ ਹਿਰਦੈ ਦ੍ਰਿੜ ਕੀਜੈ, ਦ੍ਰਿੜ ਕਰ ਲਓ ਹਿਰਦੇ ਦੇ ਵਿੱਚ। ਤਨ ਮਨ ਸੰਗ ਰਹਿਤ ਜੋ ਸਾਚੇ, ਜਿਹੜੇ ਤਨ ਕਰਕੇ ਮਨ ਕਰਕੇ ਖੁਦਾ ਦੇ ਨਾਲ ਸੱਚੇ ਦਿਲੋਂ ਰਹਿੰਦੇ ਹਨ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਗੁਰਬਾਣੀ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ। ਆਪ ਪੜਿਆ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ। ਪੀਰ ਨੂੰ ਆਖਣ ਲੱਗੇ, ਐ ਪੀਰ, ਤਨ ਮਨ ਸੰਗ ਰਹਿਤ ਜੋ ਸਾਚੇ, ਜਿਹੜੇ ਤਨ ਕਰਕੇ ਮਨ ਕਰਕੇ ਸੱਚੇ ਦਿਲ ਦੇ ਨਾਲ ਰੱਬ ਦੇ ਨਾਲ ਰਹਿੰਦੇ ਹਨ। ਜਗਤ ਗਰਤ ਤੇ ਸੋ ਬਚੈ, ਇਹ ਦੁਨੀਆ ਦਾ ਜਿਹੜਾ ਟੋਆ ਹੈ, ਜਿੰਨੀ ਵੀ ਦੁਨੀਆ ਹੈ, ਕੋਈ ਜਾਲ ਦਿੰਦਾ ਹੈ, ਬਾਲ ਦਿੰਦਾ ਹੈ, ਕੋਈ ਦੱਬ ਦਿੰਦਾ ਹੈ, ਟੋਏ ਪੁੱਟ ਪੁੱਟ ਕੇ ਕਬਰਾਂ ਦੇ ਵਿੱਚ। ਇਹ ਜਗਤ ਦੇ ਟੋਏ ਤੋਂ ਬਚ ਜਾਂਦੇ ਹਨ। ਜਗਤ ਗਰਤ ਤੇ ਸੋ ਬਾਚੇ, ਇਹ ਦੁਨੀਆ ਦਾ ਖੂਹ ਜਿਹੜਾ ਹੈ, ਟੋਆ ਜਿਹੜਾ ਹੈ, ਇਹਦੇ ਤੋਂ ਬਚ ਜਾਂਦੇ ਹਨ। ਖੁਦਾ ਬਖਸ਼ ਦਿੰਦਾ ਹੈ, ਰੱਬ ਬਖਸ਼ ਦਿੰਦਾ ਹੈ, ਵਾਹਿਗੁਰੂ ਬਖਸ਼ ਦਿੰਦੇ ਹਨ, ਸਤਨਾਮ ਜੀ ਬਖਸ਼ ਦਿੰਦੇ ਹਨ, ਇੱਕ ਓਅੰਕਾਰ ਜੀ ਬਖਸ਼ ਦਿੰਦੇ ਹਨ। ਸਾਚੇ ਸੰਗਰ ਤੇ ਚਿੱਤ ਜਾਹੀ, ਜਿਨ੍ਹਾਂ ਦੇ ਐ ਪੀਰ ਚਿੱਤ ਜਿਹੜੇ ਹਨ, ਮਨ ਜਿਹੜੇ ਹਨ, ਵਾਹਿਗੁਰੂ ਦੇ ਰੰਗ ਵਿੱਚ ਰੰਗੇ ਜਾਂਦੇ ਹਨ।
ਵਿਸ਼ਿਆਂ ਵਿਖੇ ਲਿਪਾਏ ਜੇ ਨਾਹੀਂ। ਆ ਜਿਹੜੇ ਵਿਸ਼ੇ ਵਿਕਾਰ ਹਨ ਕਾਮ ਆਦਿ ਰੂਪੇ ਕਾਮੇ ਦੋਸਤੀ ਰੂਪਾਂ ਤੋਂ ਬਚ ਜਾਂਦੇ ਹਨ, ਇਹਨਾਂ ਵਿਕਾਰਾਂ ਦੇ ਵਿੱਚ ਨਹੀਂ ਪੈਂਦੇ। ਕਿਉਂਕਿ ਦੁਨੀਆਂ ਨੂੰ ਇਹ ਤੀਰ ਵਿਸ਼ਿਆਂ ਨੇ ਮਾਰ ਲਿਆ ਹੈ। ਵਿਸ਼ਿਆਂ ਵਿਖੇ ਲਿਪਾਏ ਜੇ ਨਾਹੀਂ, ਜਿਹੜੇ ਜਿਹੜੇ ਵਿਸ਼ਿਆਂ ਤੋਂ ਬਚ ਜਾਂਦੇ ਹਨ। ਸ਼ੋਭਾ ਕੇ ਸਮੇਤ ਸੋ ਜਾਈ, ਉਹ ਬੜੀ ਸ਼ੋਭਾ ਨਾਲ ਸ਼ੋਭਾ ਸਮੇਤ ਜਾਂਦੇ ਹਨ ਖੁਦਾ ਦੇ ਵਾਹਿਗੁਰੂ ਦੇ ਸਤਨਾਮ ਜੀ ਦੇ ਅਕਾਲ ਪੁਰਖ ਜੀ ਦੇ ਇੱਕ ਓਅੰਕਾਰ ਜੀ ਦੇ ਘਰ ਵਿੱਚ। ਦਰਗਹਿ ਮੈਂ ਬਹੁ ਆਦਰ ਪਾਹੀ, ਐ ਪੀਰ ਤੁਸਾਂ ਪੁੱਛਿਆ ਹੈ, ਦਰਗੇ ਮੈਂ ਕਸ ਹਾਲ ਬਿਹਾਈ, ਦਰਗਾਹ ਚ ਕੀ ਹਾਲ ਹੁੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਪੀਰ ਨੂੰ ਆਖ ਰਹੇ ਹਨ, ਉਹਨਾਂ ਦਾ ਬੜਾ ਆਦਰ ਹੁੰਦਾ ਹੈ, ਧਰਮ ਰਾਏ ਤਿੰਨ ਕਾ ਮਿੱਤ ਹੈ। ਦਰਗੇ ਮੈਂ ਬਹੁ ਆਦਰ ਪਾਈ, ਦਰਗਾਹ ਵਿੱਚ ਬੜਾ ਹੀ ਆਦਰ ਪਾਉਂਦੇ ਨੇ ਜਿਹੜੇ ਖੁਦਾ ਨੂੰ ਜਪਦੇ ਹਨ, ਰੱਬ ਨੂੰ ਜਪਦੇ ਹਨ, ਵਾਹਿਗੁਰੂ ਨੂੰ ਜਪਦੇ ਹਨ, ਨਿਰੰਕਾਰ ਜੀ ਨੂੰ ਜਪਦੇ ਹਨ, ਸਤਨਾਮ ਜੀ ਨੂੰ ਜਪਦੇ ਹਨ, ਭੈ ਵਿੱਚ ਰਹਿੰਦੇ ਹਨ ਸਿਰਜਣਹਾਰ ਜੀ ਦੇ। ਸੋਭਾ ਕੇ ਸਮੇਤ ਸੋ ਜਾਈ, ਉਹ ਸਾਰੇ ਸੋਭਾ ਨਾਲ ਇੱਜ਼ਤ ਨਾਲ ਜਾਂਦੇ ਹਨ, ਜਿਵੇਂ ਭਾਈ ਸਾਹਿਬ ਕਹਿੰਦੇ ਹਨ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗੇ ਜਾਏ ਸੱਚਾ ਪਿੜ ਮੰਨਿਆ। ਸੋਭਾ ਕੇ ਸਮੇਤ ਸੁਜਾਈ, ਐ ਪੀਰ ਬੜੀ ਸੋਭਾ ਨਾਲ ਜਾਂਦੇ ਹਨ ਜਿਹੜੇ ਨਾਮ ਜਪਦੇ ਹਨ, ਰੱਬ ਤੋਂ ਵਾਹਿਗੁਰੂ ਤੋਂ ਡਰਦੇ ਹਨ, ਭੈ ਵਿੱਚ ਰਹਿ ਕੇ ਜ਼ਿੰਦਗੀ ਦੇ ਚਾਰ ਦਿਨ ਜਿਹੜੇ ਪੂਰੇ ਕਰਦੇ ਹਨ। ਦਰਗਹਿ ਮੈਂ ਬਹੁ ਆਦਰ ਪਾਈ, ਉਹਨਾਂ ਦਾ ਬੜਾ ਮਾਣ ਸਤਿਕਾਰ ਹੁੰਦਾ ਹੈ ਦਰਗਾਹ ਦੇ ਵਿੱਚ। ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸਭ ਦਿਓ, ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ। ਤਨ ਮੈਂ ਪਹਿਰ ਵੇਖ ਧਰ ਕੂੜੇ, ਜਿਹੜੇ ਤਨ ਤੇ ਝੂਠੇ ਭੇਖ ਧਾਰਨ ਕਰਦੇ ਹਨ, ਮਨ ਕੇ ਮੂੜ ਮੰਦ ਮਤ ਮੂੜੇ ਤੇ ਮਨ ਦੇ ਮੰਦੇ ਹਨ, ਮੂੜ ਹਨ ਮੰਦੇ ਕਰਮ ਕਮਾਉਂਦੇ ਹਨ, ਪਰ ਭੇਖ ਧਾਰਨ ਕੀਤਾ ਹੋਇਆ ਹੈ ਰੱਬ ਵਾਲਾ। ਤਨ ਤੇ ਕੱਪੜੇ ਪਾਏ ਹੋਏ ਹਨ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਫਰਮਾਉਂਦੇ ਹਨ, ਦਸਵੇਂ ਪਾਤਸ਼ਾਹ, ਭੇਖ ਦਿਖਾਏ ਜਗਤ ਕੋ, ਝੂਠੇ ਭੇਖਾਂ ਤੋਂ ਕਲਗੀਆਂ ਵਾਲੇ ਸਤਿਗੁਰਾਂ ਨੇ ਵੀ ਬੜਾ ਵਰਜਿਆ ਹੈ। ਭੇਖ ਦਿਖਾਏ ਜਗਤ ਕੋ, ਲੋਕਨ ਕੋ ਬਸ ਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋਲੀਨ। ਬੜੀ ਬੁਰੀ ਹਾਲਤ ਹੋਵੇਗੀ ਜਿਹੜੇ ਭੇਖ ਧਾਰਨ ਕਰ ਲੈਂਦੇ ਹਨ, ਪਰ ਅੰਦਰੋਂ ਮਨ ਕੇ ਮੂੜ ਮੰਦ ਮਤ ਮੂੜੇ ਅੰਦਰੋਂ ਮਾੜੇ ਹਨ। ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਐ ਪੀਰ ਪੰਚ ਦੁਸ਼ਟ ਕੇ ਨਿਤ ਅਨਸਾਰਾ, ਜਿਹੜੇ ਇਹਨਾਂ ਪੰਜਾਂ ਪਾਪੀਆਂ ਦੇ ਦੁਸ਼ਟਾਂ ਦੇ ਆਖੇ ਸਾਰਾ ਦਿਨ ਲੱਗਦੇ ਹਨ, ਉਹਨਾਂ ਦੀ ਬੁਰੀ ਹਾਲਤ ਹੋ ਜਾਂਦੀ ਹੈ, ਉਹ ਕਦੀ ਵੀ ਪਲ ਭਰ ਵੀ ਸੁੱਖ ਨਹੀਂ ਪਾਉਂਦੇ। ਜਿਨ੍ਹਾਂ ਦੇ ਮਨਾਂ ਨੂੰ ਕਾਮ ਨੇ, ਗੁੱਸੇ ਕ੍ਰੋਧ ਨੇ, ਲੋਭ ਨੇ, ਹੱਦੋਂ ਵੱਧ ਮੋਹ ਨੇ ਤੇ ਅਹੰਕਾਰ ਦੀ
ਚੋਟੀ ਤੇ ਜਿਹੜੇ ਚੜੇ ਹੋਏ ਹਨ, ਈਗੋ ਵਿੱਚ ਲਪੇਟੇ ਹੋਏ ਹਨ। ਪੰਜ ਦੁਸ਼ਟ ਕੇ ਨਿਤ ਅਨਸਾਰਾ, ਨਿਤ ਰੋਜ ਉੱਠਣ ਤੋਂ ਬਾਅਦ ਸਾਰਾ ਦਿਨ ਇਹਨਾਂ ਦੇ ਪੰਜੇ ਵਿੱਚ ਰਹਿੰਦੇ ਹਨ। ਐ ਪੀਰ, ਉਹ ਦੁੱਖ ਪਾਉਣਗੇ। ਉਹਨਾਂ ਨੂੰ ਦਰਗਾਹ ਵਿੱਚ ਕੋਈ ਥਾਂ ਨਹੀਂ ਮਿਲੇਗੀ, ਲਰਕ ਭੋਗਣਗੇ। ਤਿੰਨਕੋ ਦਰਗਹਿ ਥਾਂ ਨ ਕਾਈ, ਉਹਨਾਂ ਨੂੰ ਦਰਗਾਹ ਵਿੱਚ ਕਾਈ ਥਾਂ ਨਹੀਂ ਮਿਲੇਗੀ, ਕਿਉਂਕਿ ਉਹ ਸਿੰਧੀ ਹੈ, ਉਹ ਵੀ ਕੋਲ ਬੈਠਾ ਹੈ। ਸਤਿਗੁਰੂ ਜੀ ਸਾਰੀਆਂ ਬੋਲੀਆਂ ਜਾਣਦੇ ਨੇ। ਤਿੰਨਕੋ ਦਰਗਹਿ ਥਾਂ ਨ ਕਾਈ, ਕਾਈ ਗੁਆਰਕੀ ਬੋਲੀ ਵੀ ਆ ਜਾਂਦੀ ਹੈ, ਕਾਈ ਸ਼ੈ ਕੋਨੀ ਹਮਾ ਕਰੇ, ਕਾਈ ਸ਼ੈ ਕੋਨੀ, ਇਹ ਗੁਆਰਕੀ ਬੋਲੀ ਹੈ, ਬੜੀਆਂ ਬੋਲੀਆਂ ਹਨ, ਹਮਾ ਕਰੇ ਕੋ ਨਹੀਂ। ਤਿੰਨਕੋ ਦਰਗਹਿ ਥਾਂ ਨ ਕਾਈ, ਉਹਨਾਂ ਨੂੰ ਕਾਈ ਥਾਂ ਨਾ ਮਿਲਦੀ, ਕੋਈ ਥਾਂ ਨਹੀਂ ਮਿਲਦੀ ਦਰਗਾਹ ਵਿੱਚ, ਜਿਹੜੇ ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ ਵਸ ਵਿੱਚ ਸਾਰਾ ਦਿਨ ਕਾਬੂ ਰਹਿੰਦੇ ਹਨ। ਆਵਾਗੌਣ ਵਿਖੇ ਭਰਮਾਈ, ਆਵਾਗੌਣ ਆਉਣਾ ਜਾਣਾ ਜੰਮਣਾ ਮਰਨਾ ਲੱਗਾ ਰਹਿੰਦਾ ਹੈ ਉਹਨਾਂ ਦਾ, 84 ਲੱਖ ਜੂਨ ਭੁਗਤਣੀ ਪੈਂਦੀ ਹੈ ਉਹਨਾਂ ਨੂੰ, 84 ਲੱਖ ਜੂਨ ਮਝਾਰੀ, 84 ਲੱਖ ਜੂਨ ਵਿੱਚ ਜੰਮਦੇ ਹਨ, ਮਰਦੇ ਹਨ, ਸਦੀਆਂ ਬੀਤ ਜਾਂਦੀਆਂ ਹਨ, ਪਤਾ ਨਹੀਂ ਕਦੋਂ 84 ਲੱਖ ਜੂਨ ਮੁੱਕੇ, ਫਿਰ ਕਿਤੇ ਮਨੁੱਖਾ ਜਨਮ ਮਿਲਦਾ ਹੈ। ਆਏ ਜਾਏ ਦੁੱਖ ਪਾਵੇ ਹੈ ਭਾਰੀ, ਆਉਂਦੇ ਹਨ, ਜਾਂਦੇ ਹਨ, ਜੰਮਦੇ ਹਨ, ਮਰਦੇ ਹਨ, ਜੰਮ ਪੈਂਦੇ ਹਨ, ਮਰ ਜਾਂਦੇ ਹਨ, ਮਰ ਜਾਂਦੇ ਹਨ, ਜੰਮ ਪੈਂਦੇ ਹਨ, ਬੜਾ ਦੁੱਖ ਪਾਉਂਦੇ ਹਨ, ਪਰਮੇਸ਼ਰ ਜੀ ਨੂੰ ਭੁੱਲ ਕੇ, ਖੁਦਾ ਨੂੰ ਭੁੱਲ ਕੇ। ਤਬ ਸਿੰਧੀ ਬੋਲਿਓ ਜੁਤ ਪ੍ਰੀਤੀ, ਕੋਲ ਸਿੰਧੀ ਖਲੋਤਾ ਸੀ, ਹੋਵੇ ਬੜੇ ਪਿਆਰ ਨਾਲ ਬੋਲਿਆ, ਪ੍ਰੀਤੀ ਮਨ ਵਿੱਚ ਪ੍ਰੀਤ ਧਾਰਨ ਕਰਕੇ ਬੋਲਿਆ। ਸਿੰਧੀ ਨੇ ਕੀ ਆਖਿਆ ਹੈ, ਇਹ ਆਪ ਜੀ ਕੱਲ ਸਰਵਣ ਕਰਨਾ, ਜਿਨ੍ਹਾਂ ਜਿਨ੍ਹਾਂ ਨੂੰ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨਾਲ ਪਿਆਰ ਹੈ, ਪਿਆਰਿਓ, ਉਹ ਲੜੀਵਾਰ ਕਥਾ ਜ਼ਰੂਰ ਸਰਵਣ ਕਰਿਆ ਕਰੋ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੈ ਇਹ, ਬਚਨ ਭਾਈ ਬਾਲਾ ਜੀ ਨੇ ਦੱਸੇ ਹਨ ਸਾਰੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ। ਮੈਂ ਖਿਮਾ ਮੰਗਦਾ, ਭੁੱਲ ਜਾਂਦਾ, ਮੈਥੋਂ ਕਈ ਭੁੱਲਾਂ ਹੋ ਜਾਂਦੀਆਂ ਹਨ, ਸਾਧ ਸੰਗਤ ਮੈਨੂੰ ਖਿਮਾ ਕਰ ਦਿਆ ਕਰੋ। ਧੰਨ ਧੰਨ ਗੁਰੂ ਅੰਗਦ ਦੇਵ ਜੀ ਨੇ ਆਖਿਆ ਸੀ, ਭਾਈ ਬਾਲਾ ਤੂੰ ਸਤਿਗੁਰਾਂ ਦੇ ਨਾਲ ਰਿਹਾ ਹੈ, ਕਿੱਥੇ ਕਿੱਥੇ ਸਤਿਗੁਰੂ ਜੀ ਗਏ ਹਨ, ਕੀ ਜੋਜ ਕੀਤੇ ਹਨ, ਕਿਹਨਾਂ ਕਿਹਨਾਂ ਨੂੰ ਤਾਰਿਆ ਹੈ, ਸਾਨੂੰ ਦੱਸਣਾ ਕਰ। ਐ ਪੀਰ ਦੇ ਬਚਨ ਵੀ ਭਾਈ ਬਾਲਾ ਜੀ ਨੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਦੱਸੇ ਹਨ, ਦੂਸਰੇ ਪਾਤਸ਼ਾਹ ਸਤਿਗੁਰੂ ਜੀ ਨੂੰ, ਉਸੇ ਕਥਾ ਨੂੰ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਪੰਥ ਜੋ ਪ੍ਰਵਾਨ ਹਨ, ਪੰਥ ਪ੍ਰਵਾਨ ਹਨ, ਉਹਨਾਂ ਨੇ ਨਾਮ ਰੱਖ ਦਿੱਤਾ ਹੈ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਅਧਿਆਇ ਜਿਹੜਾ ਹੈ ਉਤਰਾਰ ਦਾ ਅਧਿਆਇ 31 ਹੈ। ਅੱਗੋਂ ਕਿਵੇਂ ਸਿੰਧੀ ਕੀ ਕਹਿੰਦਾ ਹੈ, ਕਿਵੇਂ ਬੋਲਿਆ ਹੈ, ਇਹ ਅੱਗੋਂ ਆਪ ਜੀ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸਾਹਿਬ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦਾ ਤਾਰ ਪਾਤਸ਼ਾਹ ਜੀਓ, ਦਸਵੇਂ ਪਾਸੋਂ ਦਿਲਬਾਗ ਸਿੰਘ ਪਾਸੋਂ, ਇੱਕ ਨਹੀਂ ਬੜੀਆਂ ਭੁੱਲਾਂ ਹੋ ਗਈਆਂ ਹਨ, ਸਤਿਗੁਰ ਜੀ ਜੀਭਾ ਦੀ ਡੋਰੀ ਤੁਹਾਡੇ ਹੱਥ ਹੈ, ਜਿਵੇਂ ਜਿਵੇਂ ਬੁਲਾਉਂਦੇ ਹੋ ਤਿਵੇਂ ਦਾਸਰਾ ਬੋਲ ਕੇ ਕਥਾ ਕਰ ਦਿੰਦਾ ਹੈ। ਮੇਰੀ ਕੀ ਤਾਕਤ ਹੈ, ਮੈਂ ਕੋਈ ਗੱਲ ਕਹਿ ਸਕਾਂ, ਮੈਂ ਬੋਲ ਸਕਾਂ, ਪ੍ਰਭ ਡੋਰੀ ਹੱਥ ਤੁਮਾਰੇ, ਜਿਉਂ ਬੁਲਾਵੇ ਹੈ ਤਿਉਂ ਬੋਲੇ।
ਹੈ ਸੁਆਮੀ ਕੁਦਰਤ ਕਮਨ ਹਮਾਰੀ ਸਾਡੀ ਕੀ ਤਾਕਤ ਹੈ ਅਸੀਂ ਕਥਾ ਕਰ ਸਕੀਏ ਜਿਵੇਂ ਤੁਸੀਂ ਨਚਾਉਂਦੇ ਹੋ ਜਿਵੇਂ ਬੁਲਾਉਂਦੇ ਹੋ ਤਿਵੇਂ ਬੰਦੇ ਦੌੜੇ ਫਿਰਦੇ ਹਨ ਤਾਜ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਨ ਪਰ ਹਾਰੋ ਜਾਣੇ ਜਿਵੇਂ ਜਿਵੇਂ ਦੁਨੀਆ ਦੇ ਜੀਆਂ ਨੂੰ ਖਿਡਾ ਰਹੇ ਹੋ ਇਹ ਪਪੇਟੇ ਮੂਰਤੀਆਂ ਇਹ ਸਰੀਰ ਤਿਵੇਂ ਤਿਵੇਂ ਸਾਰਾ ਦਿਨ ਭੱਜੇ ਫਿਰਦੇ ਹਨ ਮੈਨੂੰ ਖਿਮਾ ਕਰ ਦਿਓ ਮੈਂ ਭੁੱਲ ਜਾਂਦਾ ਹਾਂ ਕਈ ਅੱਖਰ ਵੱਧ ਘੱਟ ਨਿਕਲ ਗਏ ਹਨ ਸਤਿਗੁਰ ਜੀ ਖਿਮਾ ਕਰ ਦਿਓ ਸਤਿਗੁਰ ਜੀ ਖਿਮਾ ਕਰ ਦਿਓ ਸੰਗਤ ਗੁਰੂ ਦਾ ਰੂਪ ਹੈ ਸੰਗਤ ਬਖਸ਼ ਦੇਵੇ ਦਰਗਾਹ ਵਿੱਚ ਵੀ ਬੰਦਾ ਬਖਸ਼ਿਆ ਜਾਂਦਾ ਹੈ ਆਪ ਸਾਧ ਸੰਗਤ ਵੀ ਦਾਸ ਨੂੰ ਖਿਮਾ ਕਰ ਦੇਣਾ ਬੜੀਆਂ ਭੁੱਲਾਂ ਹੋ ਜਾਂਦੀਆਂ ਹਨ ਅਰਦਾਸ ਕਰਨਾ ਸਤਿਗੁਰੂ ਜੀ ਅੱਗੇ ਤੋਂ ਸੁਮਤੀ ਬਖਸ਼ਿਸ਼ ਕਰਨ ਸ਼ੁੱਧ ਗੁਰਬਾਣੀ ਦੇ ਸ਼ਬਦ ਵਿੱਚ ਦਾਸਰਾ ਬੋਲ ਜਾਂਦਾ ਹੈ ਸ਼ੁੱਧ ਗੁਰਬਾਣੀ ਪੜ੍ਹਨ ਦਾ ਬਲ ਬੁੱਧ ਸਮਰੱਥਾ ਬਖਸ਼ਿਸ਼ ਕਰਨ ਕਥਾ ਕਰਨ ਦੀ ਬਖਸ਼ਿਸ਼ ਕਰਨ ਸਮਰੱਥਾ ਸਤਿਗੁਰੂ ਜੀ ਇਹ ਸਾਰੀ ਸੇਵਾ ਯੂਟਿਊਬ ਨੇ ਕੀਤੀ ਹੈ ਅਰਦਾਸ ਬੇਨਤੀ ਹੈ ਯੂਟਿਊਬ ਦੇ ਵਰਕਰਾਂ ਵਾਸਤੇ ਸੇਵਾਦਾਰਾਂ ਵਾਸਤੇ ਯੂਟਿਊਬ ਵਾਸਤੇ ਭਾਗਾਂ ਵਾਲੀ ਹੈ ਯੂਟਿਊਬ ਜਿਨ੍ਹਾਂ ਦੇ ਹਿੱਸੇ ਇਹ ਸਾਈਟ ਆਈ ਹੈ ਮਹਾਂਪੁਰਖਾਂ ਦੇ ਬਚਨਾਂ ਵਾਲੀ ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਾਜਾਂ ਵਾਲੇ ਕਲਗੀਆਂ ਵਾਲੇ ਪੰਥ ਦੇ ਵਾਲੀ ਦਾਤਾਰ ਪਾਤਸ਼ਾਹ ਜੀ ਵਾਲੀ ਸੰਤਾਂ ਮਹਾਂਪੁਰਖਾਂ ਦੇ ਬਚਨਾਂ ਵਾਲੀ ਦੁਨੀਆ ਤੋਂ ਸਭ ਕੁਝ ਮੁੱਕ ਜਾਵੇਗਾ ਪਰ ਗੁਰੂ ਦਾ ਸ਼ਬਦ ਕਦੀ ਨਹੀਂ ਮੁੱਕੇਗਾ ਸਦਾ ਅਟਲ ਰਹੇਗਾ ਗੁਰ ਕਾ ਸ਼ਬਦ ਸਦਾ ਅਟਲਾ ਸਭ ਕੁਝ ਮੁੱਕ ਜਾਣਾ ਹੈ ਦੁਨੀਆ ਦੀ ਸਲੇਟ ਤੇ ਪੂੰਜਾ ਫਿਰ ਜਾਣਾ ਹੈ ਇੱਕ ਰਹਿ ਜਾਵੇਗਾ ਤੇ ਅਕਾਲ ਪੁਰਖ ਜੀ ਦਾ ਨਾਮ ਵਾਹਿਗੁਰੂ ਜੀ ਦਾ ਨਾਮ ਸਤਨਾਮ ਜੀ ਦਾ ਨਾਮ ਰਹਿ ਜਾਵੇਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਯੂਟਿਊਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਵਿੱਚ ਰੱਖਣਾ ਕਦੀ ਤੇ ਕੋਈ ਮਨ ਗੁਰਬਾਣੀ ਨੂੰ ਸੁਣੇਗਾ ਆਪਣੇ ਗੁਰੂ ਵੱਲ ਮੁੜ ਆਵੇਗਾ ਦੁਨੀਆ ਦੇ ਵਿੱਚ ਆ ਕੇ ਗਵਾਚ ਗਿਆ ਹੈ ਭੁੱਲ ਗਿਆ ਹੈ ਖੁੰਝ ਗਿਆ ਹੈ ਮਨ ਮੰਨੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਦਾਸ ਵੱਲੋਂ ਬੇਨਤੀ ਹੈ ਜੇ ਮਨ ਨਾ ਮੰਨੇ ਕਿਉਂਕਿ ਬੰਦਾ ਮਨ ਨੇ ਆਪਣੇ ਕਾਬੂ ਕੀਤਾ ਹੋਇਆ ਹੈ ਕਬਜ਼ੇ ਵਿੱਚ ਲਿਆ ਹੋਇਆ ਹੈ ਇਹ ਕੁਝ ਨਹੀਂ ਕਰਨ ਦਿੰਦਾ ਤਾਂ ਗੁਰੂ ਦਾ ਸ਼ਬਦ ਗੁਰੂ ਦੇ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਜਿਹੜੀ ਪੀਰ ਸਾਹਿਬ ਨੂੰ ਦਿੱਤੀ ਹੈ ਉਹ ਪੀਰ ਸਾਹਿਬ ਨੂੰ ਨਹੀਂ ਦਿੱਤੀ ਉਹ ਸਿੱਖਿਆ ਸਾਰੇ ਸੰਸਾਰ ਵਾਸਤੇ ਹੈ ਸਾਰੀ ਰਹਿੰਦੀ ਦੁਨੀਆ ਦੇ ਜਿੰਨੇ ਵੀ ਜੀਵ ਰੁੜੇ ਜਾਂਦੇ ਹਨ ਉਹਨਾਂ ਵਾਸਤੇ ਹੈ ਸਬਸਕ੍ਰਾਈਬ ਭਾਵੇਂ ਨਾ ਕਰਿਓ ਪਰ ਗੁਰੂ ਦੀ ਗੱਲ ਨੂੰ ਆਪਣੇ ਦਿਲ ਵਿੱਚ ਰੱਖ ਲਿਓ ਆਪਣੇ ਮਨ ਵਿੱਚ ਵਸਾ ਲਿਓ ਆਪਣੇ ਹਿਰਦੇ ਵਿੱਚ ਟਿਕਾ ਲਿਓ ਜੋ ਜੋ ਗੁਰੂ ਸਾਹਿਬ ਨੇ ਪੀਰ ਨੂੰ ਆਖਿਆ ਹੈ ਉਹ ਪੀਰ ਨੂੰ ਨਹੀਂ ਆਖਿਆ ਉਹ ਪੂਰਨਾ ਪਾਇਆ ਹੈ ਦੁਨੀਆ ਤੇ ਜਿਹੜੇ ਜੀਵ ਰਹਿ ਰਹੇ ਹਨ ਉਹਨਾਂ ਵਾਸਤੇ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਦੇ ਵਿੱਚ ਹੀ ਸਾਰਾ ਦਿਨ ਨਾ ਲੰਘ ਜਾਵੇ ਗੁਰਬਾਣੀ ਵਿਚਾਰ ਲੀਡਸ ਯੂਕੇ ਲਿਖ ਦਿਆ ਕਰੋ ਪਿਆਰਿਓ ਆਨੰਦ ਮਾਣਿਆ ਕਰੋ ਲੜੀਵਾਰ ਕਥਾ ਦਾ ਐਵਰੀਵੇਅਰ ਹਰ ਪਾਸੇ ਗੁਰਬਾਣੀ ਹੀ ਗੁਰਬਾਣੀ ਹੈ ਬਿਨਾਂ ਗੁਰਬਾਣੀ ਤੋਂ ਜੀਵਨ ਬਿਰਥਾ ਹੈ ਵਾਹਿਗੁਰੂ 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 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ
ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਲ ਯੁਗ ਨਾਨਕ ਨਾਮ ਸੁਖਾਲਾ, ਪ੍ਰਗਟ ਭਈ ਸਗਲੇ ਯੁਗ ਅੰਦਰ, ਗੁਰ ਨਾਨਕ ਕੀ ਵਡਿਆਈ। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਅੱਗੋ ਪੀਰ ਕੀ ਬੇਨਤੀ ਕਰਦਾ ਹੈ, ਕੱਲ ਦੀ ਕਥਾ ਵਿੱਚ ਸਰਵਣ ਕਰਨ ਦੀ ਕਿਰਪਾਲਤਾ ਕਰਨਾ। ਜਿਹੜੀ ਜਿਹੜੀ ਸਿੱਖਿਆ ਪੀਰ ਨੂੰ ਦਿੱਤੀ ਹੈ ਉਹ ਦੁਨੀਆਂ ਦੇ ਸਾਰਿਆਂ ਮਨਾਂ ਵਾਸਤੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।